इस वक्त असं पंडोरी पिंड मौजूद हाँ, जो कुलवंत सिंह पंडोरी ने विधायक साहब ने वोट कास्ट करके अपनी इस वक्त जेडे ने बाहर आने और गलबात भी करा स्कूल तस्वीर ने जिथे कि उन्होंने अपनी वोट का इस्तेमाल किया। सरकारी एलीमेंटरी स्कूल पंडोरी बरनाले का हैगा है, जिथे कि जो इतों के जो विधायक ने उन्होंने अपनी वोट जी हैगी है वो कास्ट की है। तो दस दिए कि अज के दिन की गल करिए संगरूर जो ने चोणा लगातार चल रही ने अते तमाम लीडरशिप की गलबात करिए इस वक्त वोट कास्ट कर रही है विधायक साहब जो ने बाहर आ रहे हैं गलबात कर लें। MLA साहब किदा दा माहौल है इस वक्त की लग रहा पंजाब विच? माहौल जी बहुत वधिया शांतिपूर्वक वोटां ने जिहड़ियां उह पूरे पिंडां दे विच पै रहियां ने। पिंडां दे लोक पहलां वाले नहीं रहे जी, हुण पढ़ लिख के सारे बड़ी इमानदारी नाल वोट पाउंदे ने, कम्मां नूं वोट पाउंदे ने, मुद्दिआं नूं वोट पाउंदे ने। पहलां धर्म दे नाते लोकां नूं वंड के वोटां पै जांदियां सी, उहो जी गल मैं काफ़ी फील्ड दे विच जा के आया उहो जी गल देखण नूं नहीं मिली। लोक बहुत समझदार ने, किसी दीआं गड्डियां ते वी नहीं आ रहे, आपां आपदे घरां तों चल के आ रहे ने, वधिया ढंग नाल वोट पूरंग हो रही है। पर थोड़ी जी हैगी रफ्तार जरूर ढिल्ली आ ਅਤੇ ਕਿਉਂਕਿ ਕੰਮ ਦਾ ਵੀ ਸਮਾਂ, ਪਰ ਲੋਕ ਵੋਟ ਸਾਰੇ ਪਾ ਕੇ ਜਾਣਗੇ। ਕਾਫੀ ਰੇਸ਼ੋ ਘੱਟ ਹੈ ਇਸ ਇਲਾਕੇ ਦੀ ਕਿ ਵੋਟਿੰਗ ਕਾਫੀ ਘੱਟ ਹੋ ਰਹੀ ਹੈ, ਕਾਫੀ ਘੱਟ ਗਿਣਤੀ ਹੈਗੀ? ਨਹੀਂ, ਵੋਟਿੰਗ ਤਾਂ ਸਾਰੇ ਹੀ ਵੈਸੇ ਰੇਸ਼ੋ ਘੱਟ ਆ। ਵੈਸੇ ਸਾਡੇ ਪਿੰਡ ਦੇ ਵੋਟ ਆ ਜੀ, ਮੈਂ ਪੰਜਾਬ ਦੇ ਨਗਰ ਪੰਡੋਰੀ ਦੇ ਵਿੱਚ ਖੜਾ, ਸਾਡੇ ਤਕਰੀਬਨ ਸਾਰੇ ਲੋਕ ਵੋਟ ਪਾ ਕੇ ਜਾਂਦੇ ਆ, ਕਿਉਂਕਿ ਲੋਕਤੰਤਰ ਦੀ ਖੂਬਸੂਰਤੀ ਦੇ ਸੱਭਿਆ ਇਹੀ ਆ ਕਿ ਵੋਟ ਦਾ ਅਧਿਕਾਰ ਆ, ਦੇਖੋ ਮਿਲੇ ਆਪਾਂ ਨੂੰ, ਵੋਟ ਪਾਉਣੀ ਚਾਹੀਦੀ ਹਰ ਇੱਕ ਨੂੰ। ਸਾਰਿਆਂ ਨੂੰ ਮੇਰੀ ਬੇਨਤੀ ਵੀ ਆ ਕਿ ਜਿਹੜੇ ਤੁਹਾਡੇ ਮਾਧਿਅਮ ਰਾਹੀਂ ਦੇਖਦੇ ਨੇ ਵੀ ਸਾਰਿਆਂ ਨੂੰ ਵੋਟ ਦਾ ਹੱਕ ਆ ਜਿਹੜਾ ਆਪਾਂ ਨੂੰ ਮਿਲਿਆ ਹੋਇਆ, ਉਹ ਟਾਈਮ ਆ ਜੀ, ਉਹ ਲਾਜ਼ਮੀ ਪਾਉਣੀ ਚਾਹੀਦੀ, ਵਰਤਣੀ ਚਾਹੀਦੀ। ਕਿਸ ਨਾਲ ਮਨ ਦਾ ਮੁਕਾਬਲਾ ਤੁਹਾਡਾ ਆਮ ਆਦਮੀ ਪਾਰਟੀ ਦਾ ਕਿਸ ਨਾਲ? ਆਮ ਆਦਮੀ ਪਾਰਟੀ ਦਾ ਮੁਕਾਬਲਾ ਜੀ ਸੰਗਰੂਰ ਬਰਨਾਲੇ 'ਚ ਕਦੇ ਨਹੀਂ ਹੋਇਆ ਹੈਗਾ, ਅਤੇ ਬੜੇ ਵਧੀਆ ਲੋਕ ਨੇ ਇੱਥੋਂ ਦੇ, ਅਣਖੀ ਨੇ, ਗੈਰਤਮੰਦ ਨੇ, ਇਨਸਾਫ਼ ਪਸੰਦ ਨੇਗੇ ਅਤੇ ਕਿਰਤੀ ਲੋਕ ਨੇਗੇ। ਇਹ ਚੌਥੀ ਵਾਰ ਸਾਨੂੰ, ਪੰਜਵੀਂ ਵਾਰ ਅਸੀਂ ਇਲੈਕਸ਼ਨ ਲੜ ਰਹੇ ਹਾਂ, ਬਹੁਤ ਵੱਡੀ ਲੀਡ ਨਾਲ ਜਿੱਤਿਆ, ਐਤਕੀ ਵੀ ਅਸੀਂ ਕਿਸੇ ਤਰ੍ਹਾਂ ਮੁਕਾਬਲਾ ਬਹੁਤਾ ਹੈ ਨਹੀਂ ਗਾ, ਵੱਡੀ ਲੀਡ ਨਾਲ ਜਿੱਤਾਂਗੇ। ਕਹਿੰਦੇ ਕਿ ਸੰਗਰੂਰ ਦੇ ਲੋਕ ਜਿਹੜੇ ਨੇ, ਇਸ ਇਲਾਕੇ ਦੇ ਲੋਕ ਨੇ, ਕਹਿੰਦੇ ਕਿ ਹਮੇਸ਼ਾ ਸਰਕਾਰ ਤੋਂ ਉਲਟ ਜਾ ਕੇ ਵੋਟਿੰਗ ਕਰਦੇ ਨੇ? ਨਹੀਂ, ਪਹਿਲਾਂ ਕਰਦੇ ਸੀ ਕਿ ਮੌਕਾ ਮਿਲਿਆ ਸਾਨੂੰ ਮਸਾਂ, ਐਤਕੀ ਮੈਨੂੰ ਪਾਇਆ ਬਹੁਤ ਵੱਡੀ, ਪਹਿਲਾਂ ਨਾਲ ਦੋ ਵਾਰੀ ਮੈਨੂੰ ਜਿਤਾਇਆ, ਪਹਿਲਾਂ ਮੈਂ 28,000 'ਤੇ ਜਿੱਤਿਆ ਸੀ, ਹੁਣ ਮੈਂ 31,000 'ਤੇ, ਤਾਂ ਬਹੁਤ ਵੱਡੀ ਲੀਡ ਦੇ ਨਾਲ ਮੈਨੂੰ ਜਿਤਾ ਕੇ ਭੇਜਿਆ। ਅਸੀਂ ਲੋਕਾਂ ਨੂੰ ਵਿਸ਼ਵਾਸ ਦਿਵਾਇਆ, ਕਿਉਂਕਿ ਆਮ ਆਦਮੀ ਪਾਰਟੀ ਕੰਮਾਂ ਦੀ ਗੱਲ ਕਰਦੀ ਆ, ਦੂਜੇ ਲੋਕ ਧਰਮਾਂ ਦੀਆਂ ਗੱਲਾਂ ਕਰਕੇ ਜਾਂ ਲੋਕਾਂ ਨੂੰ ਵੰਡ ਕੇ ਉੱਦਾਂ ਵੋਟ ਲੈਂਦੇ ਨੇ। ਆਮ ਆਦਮੀ ਪਾਰਟੀ ਨੇ ਜਿੰਨੇ ਲੋਕਾਂ ਨਾਲ ਗਰੰਟੀਆਂ ਦਿੱਤੀਆਂ, ਵਾਅਦੇ ਕੀਤੇ ਆ, ਉਹ ਪੂਰੇ ਕਰਨ ਜਾ ਰਹੀ ਹੈ। ਲੱਗਦਾ ਤੁਹਾਡੇ ਇਸ ਵਕਤ ਕਿਲ੍ਹਾ ਜਿਹੜਾ ਬਚਾ ਪਾਉਣਗੇ ਸਾਰੇ ਜਿੰਨੇ ਲੋਕ ਲੱਗੇ ਹੋਏ? ਬਿਲਕੁਲ ਜੀ ਬਿਲਕੁਲ, ਸਰੂਰ ਦੇ ਬਰਨਾਲੇ ਦੇ ਮੈਂ ਪਹਿਲਾਂ ਦੱਸ ਕੇ ਰਿਹਾ, ਅਣਖੀ ਅਤੇ ਬਹਾਦਰ ਲੋਕ ਨੇ, ਇਹ ਇਨਸਾਫ਼ ਪਸੰਦ ਲੋਕ ਨੇ, ਕੰਮਾਂ ਨੂੰ ਵੋਟ ਪਾਉਂਦੇ ਨੇ, ਕਿਰਤੀ ਲੋਕ ਨੇਗੇ, ਕੰਮਾਂ ਨੂੰ ਵੋਟ ਪਾਉਂਦੇ ਨੇ, ਮੁੱਦਿਆਂ ਨੂੰ ਵੋਟ ਪਾਉਂਦੇ ਨੇਗੇ, ਉਹਦੇ ਆਧਾਰ 'ਤੇ ਵੋਟ ਪੈ ਰਹੀ ਆ, ਅਤੇ ਸਾਨੂੰ ਪੱਕਾ ਉਮੀਦ ਆ ਵੀ ਜਿਹੜੀ ਜਿੱਤ ਆ ਉਹ ਆਮ ਆਦਮੀ ਪਾਰਟੀ ਦੀ ਹੁੰਦੀ ਹੈ। ਇੱਥੇ ਵਿਰੋਧੀਆਂ ਵਿੱਚ ਕਿਹੜੇ ਲੀਡਰ ਨੂੰ ਲੱਗਦਾ ਕਿ ਹਾਂ ਵੀ ਤੁਸੀਂ ਵੀ ਉਹ ਵਿਅਕਤੀ ਕਿਤੇ ਨਾ ਕਿਤੇ ਬਰਾਬਰੀ ਕਰ ਸਕਦਾ? ਦੇਖੋ ਜੀ, ਮੈਨੂੰ ਮੈਂ ਜਿੰਨਾ ਕੁ ਪਿੰਡਾਂ ਦੇ ਵਿੱਚ ਜਾ ਕੇ ਆਇਆ, ਵਿਰੋਧੀ ਪਾਰਟੀਆਂ ਦੇ ਵਿੱਚ ਬਹੁਤੇ ਪੋਲਿੰਗ ਬੂਥ ਨਹੀਂ ਲੱਗੇ ਹੈਗੇ, ਸਾਡੀ ਪਾਰਟੀ ਦੇ ਪੋਲਿੰਗ ਬੂਥ ਜ਼ਿਆਦਾ ਲੱਗੇ ਹੋਏ ਨੇਗੇ, ਅਤੇ ਸ਼ਹਿਰਾਂ ਦੇ ਵਿੱਚ ਕਿਸੇ ਕਿਤੇ ਐਂ ਵੀ ਕਿਤੇ ਨਾਲ ਮੁਕਾਬਲਾ, ਕਿਤੇ ਕਿਸੇ ਨਾਲ ਵੀ ਆਮ ਆਦਮੀ ਪਾਰਟੀ ਹਰ ਜਗ੍ਹਾ 'ਤੇ ਹੈਗੀ। ਉਮੀਦ ਹੈ ਪੂਰੀ ਕਿ ਜਿੱਤ ਪ੍ਰਾਪਤ ਹੋਊਗੀ? ਬਿਲਕੁਲ, ਜਿੱਤ ਆ ਜੀ, ਆਮ ਸਰਕਾਰ ਨੇ ਜਿੱਤਣਾ ਹੁੰਦਾ ਜੀ, ਤੁਹਾਨੂੰ ਪਤਾ ਹੀ ਆ, ਅਤੇ ਹਾਲ ਤੱਕ ਸਰਕਾਰ ਵਧੀਆ ਕੰਮ ਕਰ ਰਹੀ ਹੈ, ਲੋਕਾਂ ਨੂੰ ਜੋ ਵਾਅਦੇ ਕੀਤੇ ਸੀ ਸਾਰਾ ਵਧੀਆ, ਸਾਰੇ ਮੈਂ ਲਾ ਲਓ ਵੀ ਜਿੰਨੀਆਂ ਵੀ ਇੰਡਸਟਰੀ ਵਧੀਆ ਆ ਰਹੀ ਹੈ ਅਤੇ ਲੋਕਾਂ ਦੇ ਕੰਮ ਵਧੀਆ ਹੋ ਰਹੇ ਨੇ, ਅਮਾਨ ਰਿਸ਼ਵਤਖੋਰੀ ਬੰਦ ਹੋ ਗਈ ਜੀ, ਇਹੀ ਗੱਲਾਂ ਸੀਗੀਆਂ, ਲੋਕ ਪਸੰਦ ਕਰਦੇ ਨੇ। ਤੁਹਾਡੀ ਸਰਕਾਰ ਲਾ ਐਂਡ ਆਰਡਰ ਨੂੰ ਲੈ ਕੇ ਬਹੁਤ ਕਰਦੇ ਨਜ਼ਰ ਆ ਰਹੀ ਹੈ, ਕਹਿੰਦੇ ਕ੍ਰਾਈਮ ਬਹੁਤ ਜ਼ਿਆਦਾ, ਰੋਜ਼ਾਨਾ ਕਹਿੰਦੇ ਇੱਕ ਦੋ ਮਰਡਰ ਕਹਿੰਦੇ ਹੋ ਜਾਂਦੇ ਸੀਗੇ ਪੰਜਾਬ 'ਚ। ਉਹ ਤਾਂ ਪਤਾ ਨਹੀਂ, ਸੋਸ਼ਲ ਮੀਡੀਆ ਦਾ ਯੁੱਗ ਆ, ਦੇਖੋ ਪਹਿਲਾਂ ਵੀ ਇਹ ਹੁੰਦਾ ਸੀਗਾ, ਪਰ ਸਰਕਾਰ ਬਹੁਤ ਗੰਭੀਰਤਾ ਨਾਲ ਲੱਗੀ ਹੋਈ ਹੈ ਅਤੇ ਇਮਾਨਦਾਰੀ ਨਾਲ ਲੱਗੀ ਹੋਈ ਹੈ। ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ 18-18 ਘੰਟੇ ਕੰਮ ਕਰਦੇ ਆ, ਮੰਤਰੀ ਸਾਹਿਬ ਕਹਿਣ ਦਾ ਭਾਵ ਯਾਰ, ਜਿੰਨੀਆਂ ਵੀ ਪਾਲਿਸੀਆਂ ਆਈਆਂ ਨੇ ਪੰਜਾਬ ਦੇ ਵਿੱਚ, ਮੈਨਕ ਦੀ ਲਾ ਲਓ, ਮੈਨਕ ਦੀ ਪਾਲਿਸੀ ਦੇ ਅੱਜ ਤੱਕ ਕਿਸੇ ਨੂੰ ਸਸਪੈਂਡ ਕੀਤਾ ਸੀਗਾ, ਕੱਲ੍ਹ IVS ਅਫਸਰ ਸਸਪੈਂਡ ਕੀਤਾ, ਯਾਨੀ ਕਹਿਣ ਦਾ ਮੈਨਕ ਦੇ ਵਿੱਚ ਕਿੰਨੇ ਅਫਸਰ ਸਸਪੈਂਡ ਕਰਤੇ, ਇੱਕ ਜੇਲ੍ਹ ਦਾ ਅਧਿਕਾਰੀ ਸਾਡੇ ਲਾ ਲਓ ਵੀ ਉਹਨੇ ਸਿਰਫ 5-4 ਕਿਲੋ ਨਿੰਬੂ ਹੀ ਕਹਿੰਦਾ ਮੈਂ ਪਿਆਉਣਾ ਹੁੰਦਾ, ਕਹਿੰਦਾ ਕੈਦੀਆਂ ਨੂੰ, ਮੰਤਰੀ ਨੂੰ ਕਿਸੇ ਨੇ ਦੱਸਤਾ ਵੀ ਪਿਆਉਂਦਾ ਨਹੀਂ ਹੈਗਾ, ਨਾਲ ਦੀ ਨਾਲ ਸਸਪੈਂਡ ਕਰਤਾ। ਸਭ ਤੋਂ ਵੱਧ ਅਫਸਰ ਜਾਂ ਮੰਤਰੀ ਜਿਨ੍ਹਾਂ ਨੇ ਭ੍ਰਿਸ਼ਟਾਚਾਰ ਕੀਤਾ ਜੀ, ਧਰਮ ਸਾਧੂ ਸਿੰਘ ਧਰਮਸੂਤ ਵਰਗਿਆਂ ਨੇ, ਸਕੋਲਰਸ਼ਿਪ ਗਰੀਬਾਂ ਦੀ ਖਾ ਗਿਆ, ਬੱਚਿਆਂ ਦਾ ਵਜ਼ੀਫਾ ਖਾ ਗਿਆ, ਹਰੇਕ ਦਰਖਤ ਤੋਂ 500 ਰੁਪਈਆ ਲੈਂਦਾ ਸੀ ਉਹ ਖਾ ਗਿਆ, ਉਹਨੂੰ ਫੜ ਕੇ ਅੰਦਰ ਦਿੱਤਾ, ਸਾਡੇ ਤਾਂ ਜੀ ਆਪ ਦਾ ਮੰਤਰੀ ਨਹੀਂ ਬਖਸ਼ਿਆ, ਹਾਲਾਂਕਿ ਰਿਸ਼ਵਤ ਉਹਨੇ ਲਈ ਨਹੀਂ ਸੀ, ਹਰੇ ਗੱਲ ਹੀ ਚੱਲਦੀ ਸੀ, ਨਾਲ ਦੀ ਚੱਕ ਕੇ ਜੇਲ੍ਹ ਭੇਜਤਾ। ਹੋਰ ਪਤਾ ਨਹੀਂ ਕਿੰਨੇ ਕਾਂਗਰਸ ਦੇ ਲੀਡਰ ਜਿਹੜੇ ਆਉਣ ਸਮੇਂ ਜੇਲ੍ਹ ਜਾਣਗੇ, ਇਹਨਾਂ ਨੇ ਖਤਮ ਹੋ ਜਾਣਾ ਬਿਲਕੁਲ, ਇੱਥੋਂ ਪੰਜਾਬ ਦੇ ਵਿੱਚ ਰਵਾਇਤੀ ਪਾਰਟੀ ਦੇ ਲੀਡਰ ਰਹਿਣੇ ਨਹੀਂ ਹੈਗੇ। ਵਿਰੋਧੀ ਜਿਹੜੇ ਕਹਿ ਰਹੇ ਨੇ ਹੁਣ, ਜਿਵੇਂ ਕੇਜਰੀਵਾਲ ਸਾਹਿਬ ਦਾ ਰੋਡ ਸ਼ੋਅ ਸੀਗਾ, ਕਹਿੰਦੇ ਕਿ ਸਰਕਾਰ ਜਿਹੜੀ ਕਿ ਦਿੱਲੀਓ ਚੱਲਦੀ ਹੈ, ਕਹਿੰਦੇ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਦੇ ਬਾਰੇ ਲਟਕ ਕੇ ਜਾ ਰਹੇ ਸੀਗੇ। ਦੇਖੋ ਜੀ, ਸਰਕਾਰਾਂ ਸਾਰੀਆਂ ਜਿਹੜੀਆਂ ਨੈਸ਼ਨਲ ਪਾਰਟੀਆਂ ਹੁੰਦੀਆਂ ਨੇ, ਉਹ ਸਰਕਾਰਾਂ ਦਿੱਲੀ ਦਫ਼ਤਰ ਹੁੰਦੇ ਨੇ, ਦਿੱਲੀ ਤੋਂ ਹੀ ਚੱਲਦੀਆਂ ਨੇਗੀਆਂ। ਪਰ ਇਹ ਗੱਲ ਪਹਿਲੇ ਤਾਂ ਤੁਹਾਡੀ ਪਾਰਟੀ ਗੱਲਾਂ ਕਹਿੰਦੀ ਰਹੀ ਆ ਨਾ, ਕਿ ਸਾਰਾ ਕੁਝ ਪੰਜਾਬ ਦੇ ਅੰਦਰ ਹੋਊਗਾ, ਪੰਜਾਬ ਦੇ ਲੋਕ ਖੁਦ ਮੁਖਤਿਆਰ ਹੋਣਗੇ, ਖੁਦ ਮੁਖਤਿਆਰ ਦੀ ਗੱਲ ਕਰਦੇ ਸੀਗੇ। ਖੁਦ ਮੁਖਤਿਆਰ ਆ ਜੀ, ਹੁਣ ਵੀ ਅਸੀਂ
ਹੁਣੇ ਕਹਿ ਰਹੇ ਸੀਗੇ ਕਿ ਦਿੱਲੀ ਉਹ ਸਭ ਕੁਝ ਚੱਲਦੇ ਆਪਸ਼ਨ ਸਾਡੇ ਦਿੱਲੀ ਨਹੀਂ, ਮੇਰਾ ਕਹਿਣ ਤਾਂ ਬਾਬਾ ਸਾਰੀਆਂ ਪਾਰਟੀਆਂ ਨੇ ਸਿਰਫ ਪਾਰਟੀਆਂ ਦੇ ਹੁੰਦੇ ਨੇਗੇ ਕਿ ਖੇਤਰੀ ਪਾਰਟੀ ਤਾਂ ਨਹੀਂ ਆਮ ਆਦਮੀ ਪਾਰਟੀ, ਇਸ ਕਰਕੇ ਮਾਣਯੋਗ ਮੁੱਖ ਮੰਤਰੀ ਸਾਹਿਬ ਇੱਥੇ ਕਰਤੋ ਧਰਤ ਨੇ ਜੋ ਲਾਣ ਜੋ ਸਭ ਕੁਝ ਉਹੀ ਕਰ ਰਹੇ ਨੇ, ਇਸ ਕਰਕੇ ਪੂਰੀ ਖੁਦਮੁਖਤਿਆਰੀ ਸਾਨੂੰ ਮਿਲੀ ਹੈ ਜੀ। ਆਖਰੀ ਸਵਾਲ ਹੈ, ਵੋਟਰਾਂ ਨੂੰ ਕੀ ਅਪੀਲ ਕਰਦੇ ਕਿਉਂਕਿ ਪੂਰਾ ਦਿਨ ਪਿਆ ਹੋ ਜਾਏ, ਕਈ ਵੋਟਿੰਗ ਹੋਣੀ ਹੈ, ਵੋਟਰਸ ਜੋ ਨੇ ਘਰਾਂ ਵਿੱਚ ਜੋ ਬੈਠੇ ਨੇ ਜਾਂ ਕੋਈ ਸਮੱਸਿਆ, ਕੀ ਅਪੀਲ ਕਰੋਗੇ ਵੋਟਰ? ਮੈਂ ਕਹਿੰਦਾ ਵੀ ਆਪਾਂ ਨੂੰ ਜਿਹੜਾ ਵੋਟ ਦਾ ਅਧਿਕਾਰ ਆ, ਇਹ ਲੋਕਤੰਤਰ ਦੀ ਖੂਬਸੂਰਤੀ ਇਹੀ ਹੁੰਦੀ ਆ, ਵੋਟਾਂ ਦਾ ਲੋਕਾਂ ਨੂੰ ਹੱਕ ਮਿਲਣਾ। ਲੇ ਲੰਮੇ ਸਮੇਂ ਬਾਅਦ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਆਪਾਂ ਨੂੰ ਹੱਕ ਲੈ ਕੇ ਦਿੱਤਾ, ਦਲਿਤ ਲੋਕਾਂ ਨੂੰ ਸਾਰਿਆਂ ਨੂੰ ਇਮਾਨਦਾਰੀ ਦੇ ਨਾਲ ਸਾਰੇ ਸਭ ਕਾਹੇ ਤੋਂ ਉੱਪਰ ਉੱਠ ਕੇ ਇਹ ਵੋਟਾਂ ਦਾ ਜਿਹੜਾ ਅਧਿਕਾਰ ਆ ਉਹਦੀ ਵਰਤੋਂ ਕਰਨੀ ਚਾਹੀਦੀ ਅੱਜ ਮੌਕਾ, ਕਿਉਂਕਿ ਚੰਗੇ ਉਮੀਦਵਾਰਾਂ ਨੂੰ ਤੁਸੀਂ ਲਿਆ ਕਹੋਗੇ, ਚੰਗੇ ਕੰਮ ਹੋਣਗੇ। ਅਤੇ ਜਿਹੜਾ ਜੇ ਤੁਸੀਂ ਵੈਸੇ ਹੀ ਧਰਮਾਂ ਦੇ ਨਾਂ 'ਤੇ ਹੋਰ ਵੋਟਾਂ ਨੂੰ ਜਿਹੜੇ ਇਹਨੂੰ ਲੋਕ ਹੱਟ ਕੇ ਵੋਟਾਂ ਪਾਉਣਗੇ ਤਾਂ ਚੰਗੇ ਲੋਕਾਂ ਦੇ ਕੰਮ ਹੋਣਗੇ। ਲੋਕਾਂ ਨੂੰ ਅਪੀਲ ਆ ਵੀ ਵੱਧ ਤੋਂ ਵੱਧ ਪਿੰਡਾਂ ਦੇ ਵਿੱਚ ਜਾ ਕੇ ਵੋਟਾਂ ਪਾਓ। ਥੈਂਕ ਯੂ ਵੈਰੀ ਮੱਚ। ਤਾਂ ਪੰਡੋਰੀ ਸਾਹਿਬ ਸਾਡੇ ਨਾਲ ਮੌਜੂਦ ਸੀਗੇ, ਵੋਟ ਐਪ ਦੀ ਇਹਨਾਂ ਨੇ ਕਾਸਟ ਕੀਤੀ ਹੈ ਅਤੇ ਦਾਅਵਾ ਕੀਤਾ ਕਿ ਇਹ ਸੀਟ ਜਿਹੜੀ ਹੈਗੀ ਹੈ ਆਮ ਆਦਮੀ ਪਾਰਟੀ ਦੇ ਹਿੱਸੇ ਵਿੱਚ ਆ। ਫਿਲਹਾਲ ਵੇਖਦੇ ਹਾਂ ਕਿ ਦਿਨ ਭਰ ਦੀ ਵੋਟਿੰਗ ਕਿਸ ਤਰੀਕੇ ਦੀ ਰਹਿਣ ਵਾਲੀ ਹੈ। ਮੈਲਕਲਾ ਤੋਂ ਕੈਮਰਾ ਪਰਸਨ ਰਾਜੇਸ਼ ਬਾਗੜੀ ਦੇ ਨਾਲ ਸੂਰਜ ਪ੍ਰਕਾਸ਼, ਦੈਨਿਕ ਸਵੇਰਾ ਟੀਵੀ। ਬਾਬਾ ਯਾਮੀਨ ਬੰਗਾਲੀ ਗੋਲਡ ਮੈਡਲਿਸਟ, ਤੁਹਾਡੇ ਸ਼ਹਿਰ 'ਚ ਪਹਿਲੀ ਵਾਰ ਅਦਭੁਤ ਸ਼ਕਤੀ ਚਮਤਕਾਰ ਵੇਖੋ। ਦੇਸ਼ ਵਿਦੇਸ਼ 'ਚ ਬੈਠੇ ਸਾਨੂੰ ਵਟਸਐਪ 'ਤੇ ਵੀ ਕਾਲ ਕਰ ਸਕਦੇ ਨੇ। ਘਰ ਬੈਠੇ 11 ਮਿੰਟਾਂ 'ਚ 101% ਗਰੰਟੀ ਨਾਲ ਸਮਾਧਾਨ। ਵਸ਼ੀਕਰਨ ਅਤੇ ਮੁਠਕਰਨੀ ਦੇ ਮਾਹਿਰ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ। ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਬਰਕਤ, ਔਲਾਦ ਕਿਹੜੇ ਤੋਂ ਬਾਹਰ ਹੋਣਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਡਿਸਪਿਊਟ, ਗੁਪਤ ਰੋਗ, ਪੁਰਾਣਾ ਦਰਦ, ਪਤੀ ਪਤਨੀ ਚੰਨਬਨ, ਜਾਦੂ ਟੋਣਾ, ਮਨਮੋਹਣੀ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ ਸਦਾ ਲਈ, ਰੁੱਸੇ ਨੂੰ ਮਨਾਉਣਾ ਪਿਆਰ ਮੁਹੱਬਤ। ਬਾਬਾ ਯਾਮੀਨ ਬੰਗਾਲੀ, 96435032321।